ਮਨਜਿੰਦਰ ਸਿਰਸਾ ਦੇ ਅਸਤੀਫੇ ਤੋਂ ਬਾਅਦ ਦਿੱਲੀ ਕਮੇਟੀ ਦਾ ਨਵਾਂ ਪ੍ਰਧਾਨ ਚੁਣਨ ਦੀ ਮੰਗ ਉੱਠਣ ਲੱਗ ਪਈ ਹੈ। ਹਰਮੀਤ ਸਿੰਘ ਕਾਲਕਾ ਨੇ ਪ੍ਰਧਾਨ ਦੀ ਚੋਣ ਕਰਾਉਣ ਲਈ ਅਦਾਲਤ ਦਾ ਰੁਖ ਕਰਨ ਦੀ ਗੱਲ ਕਹੀ ਹੈ ਤੇ ਕਿਹਾ ਹੈ ਕਿ ਸਰਕਾਰਾਂ ਲਗਾਤਾਰ ਸਿੱਖਾਂ ਦੇ ਮਸਲਿਆਂ 'ਚ ਦਖਲ ਦੇ ਰਹੀਆਂ ਨੇ। ਪ੍ਰਧਾਨ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਲਾਇਆ ਜਾਵੇ। ਇਸ ਦੇ ਨਾਲ ਹੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿਰਸਾ ਦਾ ਭਾਜਪਾ 'ਚ ਜਾਣਾ ਉਹਨਾਂ ਦਾ ਨਿੱਜੀ ਫੈਸਲਾ ਹੈ। ਪਾਰਟੀ ਨੇ ਮਨਜਿੰਦਰ ਸਿਰਸਾ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ। ਸੁਮਨਜਿੰਦਰ ਸਿਰਸਾ ਦੇ ਅਸਤੀਫੇ ਤੋਂ ਬਾਅਦ ਦਿੱਲੀ ਕਮੇਟੀ ਦਾ ਨਵਾਂ ਪ੍ਰਧਾਨ ਚੁਣਨ ਦੀ ਮੰਗ ਉੱਠਣ ਲੱਗ ਪਈ ਹੈ। ਹਰਮੀਤ ਸਿੰਘ ਕਾਲਕਾ ਨੇ ਪ੍ਰਧਾਨ ਦੀ ਚੋਣ ਕਰਾਉਣ ਲਈ ਅਦਾਲਤ ਦਾ ਰੁਖ ਕਰਨ ਦੀ ਗੱਲ ਕਹੀ ਹੈ ਤੇ ਕਿਹਾ ਹੈ ਕਿ ਸਰਕਾਰਾਂ ਲਗਾਤਾਰ ਸਿੱਖਾਂ ਦੇ ਮਸਲਿਆਂ 'ਚ ਦਖਲ ਦੇ ਰਹੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ। ਹਰਮੀਤ ਸਿੰਘ ਕਾਲਕਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਔਰ ਜਨਰਲ ਸੈਕਟਰੀ ਉਹਨਾਂ ਵੱਲੋਂ ਪੀਸੀ ਕੀਤੀ ਗਈ ਹੈ। ਕਾਲਕਾ ਸਾਹਿਬ, ਕਿੱਡਾ ਕੁ ਵੱਡਾ ਹੈ ਨੁਕਸਾਨ ਜਿਹੜਾ ਇਹਨੂੰ ਮੰਨਦੇ ਹੋ ਜੋ ਕੱਲ੍ਹ ਸਿਰਸਾ ਜੀ ਨੇ ਡਿਸੀਜ਼ਨ ਲਿਆ? ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡਾ ਸਮੁੰਦਰ ਹੈ ਔਰ ਉਹਦੇ ਵਿੱਚੋਂ ਕੋਈ ਅਗਰ ਦੋ ਬੂੰਦਾਂ ਨਿਕਲ ਜਾਣਗੀ ਤਾਂ ਪਰਵਾਹ ਨਹੀਂ ਪੈਂਦੀ, ਇਸ ਚੀਜ਼ ਦੀ ਫਰਕ ਨਹੀਂ ਪੈਂਦਾ। ਮਗਰ ਇੱਕ ਪਾਰਟੀ ਦੇ ਸਿਪਾਹੀ ਦਾ ਪਾਰਟੀ ਵਿੱਚੋਂ ਜਾਣਾ, ਇਹ ਵਾਕਈ ਇੱਕ ਦੁਖਦਾਈ ਗੱਲ ਹੈ ਔਰ ਇਹ ਇਸ ਦਾ ਦੁੱਖ ਸਾਰਿਆਂ ਨੂੰ ਹੈ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੈ ਔਰ ਦਿੱਲੀ ਇਕਾਈ ਨੂੰ ਵੀ ਹੈ ਇਸ ਚੀਜ਼ ਦੇ ਉੱਤੇ। ਸੋ ਮੈਂ ਸਮਝਦਾ ਕਿ ਜਿਹੜਾ ਦੁੱਖ ਹੈ ਇਹ ਆਪਣੀ ਜਗ੍ਹਾ, ਮਗਰ ਕੋਈ ਕਹੇ ਕਿ ਇਹਦੇ ਨਾਲ ਪਾਰਟੀਆਂ ਨੂੰ ਕੋਈ ਫਰਕ ਪੈਂਦਾ, ਇਹ ਨਹੀਂ ਪੈ ਸਕਦਾ। ਪਾਰਟੀ ਨੇ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ। ਪੰਜਾਬ ਦੀ ਗੱਲ ਕਰ ਲਈਏ, ਦਿੱਲੀ ਦੀ ਗੱਲ ਕਰ ਲਈਏ, ਇੱਕ ਪੰਥਕ ਚਿਹਰਾ, ਐਡਾ ਵੱਡਾ ਮਾਨ ਸਨਮਾਨ ਉਹਨਾਂ ਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਦਿੱਤੀ ਗਈ, ਇਸ ਦੇ ਬਾਵਜੂਦ ਅਜਿਹਾ ਕਦਮ ਚੱਕਣਾ ਕਿੰਨਾ ਕੁ ਵਾਜਬ ਸਮਝਦੇ ਹੋ? ਦੇਖੋ, ਮੈਂ ਤਾਂ ਸਮਝਦਾ ਕਿ ਪਾਰਟੀ ਨੇ ਸਨਮਾਨ ਨਾ ਵੀ ਦਿੱਤਾ ਹੋਏ ਤਾਂ ਵੀ ਸਿਪਾਹੀ ਜਦ ਪਾਰਟੀ ਦੇ ਵਿੱਚ ਜੁਆਇਨ ਕਰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਅਸੀਂ ਉਹਨੂੰ ਮਾਂ ਪਾਰਟੀ ਕਹਿੰਦੇ ਹਾਂ ਆਪਣੀ, ਔਰ ਮਾਂ ਨੂੰ ਛੱਡ ਕੇ ਜਾਣ ਦਾ ਇਹਦਾ ਫੈਸਲਾ ਜਿਹਨੇ ਲਿਆ ਹੈ ਉਹਨੂੰ ਉਹ ਆਪ ਦੱਸ ਸਕਦਾ ਕਿ ਉਹ ਫੈਸਲਾ ਚੰਗਾ ਹੈ ਜਾਂ ਮਾੜਾ ਹੈ। ਦਿੱਲੀ ਕਮੇਟੀ ਦੇ ਅਗਲੇ ਪ੍ਰਬੰਧ ਕਿਸ ਤਰੀਕੇ ਚੱਲਣਗੇ? ਤੁਸੀਂ ਲੀਗਲ ਓਪੀਨੀਅਨ ਦੀ ਗੱਲ ਕੀਤੀ ਹੈ। ਬਿਲਕੁਲ, ਅਸੀਂ ਹੁਣ ਇਹਦੀ ਲੀਗੈਲਿਟੀ ਚੈੱਕ ਕਰਦੇ ਹੋਏ, ਕਿਉਂਕਿ ਇਹਦੇ ਵਿੱਚ ਬੜੇ ਚੈਲੰਜਸ ਨੇ, ਕਿਉਂਕਿ ਹਾਊਸ ਨਾ ਹੋਣ ਕਰਕੇ ਇਸ ਵਕਤ ਇਲੈਕਸ਼ਨ ਹੋ ਚੁੱਕੀ ਹੈ, ਉਹਦੀ ਪਾਵਰ ਨਹੀਂ ਨੇ ਸਾਨੂੰ ਜਨਰਲ ਹਾਊਸ ਕਾਲ ਕਰਨ ਦੀਆਂ, ਡਾਇਰੈਕਟਰ ਕਾਲ ਕਰ ਨਹੀਂ ਸਕਦਾ ਜਦ ਤੱਕ 51 ਮੈਂਬਰ ਹੈ। ਸੋ ਇਹ 50 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ FOJ ਕਮੇਟੀਆਂ ਦੇ ਵਿੱਚ ਕੌਨਸਟੀਟਿਊਸ਼ਨਲ ਕ੍ਰਾਈਸਿਸ ਆਏ ਨੇ। ਸੋ ਇਹਨੂੰ ਬਿਲਕੁਲ ਕਾਨੂੰਨੀ ਤਰੀਕੇ ਨਾਲ ਨਜਿੱਠਾਂਗੇ ਔਰ ਚੰਗੇ ਸਿੱਟੇ ਲੈ ਕੇ ਆਵਾਂਗੇ। ਇੱਕ ਚੀਜ਼ ਹੋਰ ਕਾਲਕਾ ਜੀ, ਜਿਸ ਤਰੀਕੇ SGPC ਵੱਲੋਂ ਸਿਰਸਾ ਜੀ ਨੂੰ ਨੋਮੀਨੇਟ ਕਰਨ ਦੀ ਗੱਲ ਚੱਲ ਰਹੀ ਸੀ, ਹੁਣ ਲੱਗਦਾ ਕਿ ਕਮੇਟੀ ਦਾ ਜਨਰਲ ਹਾਊਸ ਜਿਹੜਾ ਉਹ ਜਲਦੀ ਬੁਲਾਇਆ ਜਾਏਗਾ, ਕਿਉਂਕਿ ਸਿਰਸਾ ਜੀ ਜਿਹੜੇ ਨੇ ਉਹ ਪਾਰਟੀ ਤੋਂ ਬਾਹਰ ਹੋ ਗਏ ਨੇ? ਦੇਖੋ, ਜਿੱਥੇ ਤੱਕ ਨੋਮੀ ਦੀ ਗੱਲ ਹੈ, ਨੋਮੀਨੀ ਬਿਲਕੁਲ ਚੇਂਜ ਹੋਏਗਾ ਔਰ ਦੂਸਰੀ ਗੱਲ ਜਿਹੜੀ ਸਾਡੇ ਡਰਾਅ ਦਾ ਕੋਰਟਾਂ 'ਚ ਕੇਸ ਹੈਗਾ ਜਿਹਦੇ ਕਰਕੇ ਸਟੇ ਲੱਗਿਆ ਹੋਇਆ, ਉਹਦਾ ਵੀ ਫੈਸਲਾ ਅਸੀਂ ਜਲਦ ਤੋਂ ਜਲਦ ਲਾਂਗੇ। ਔਰ ਅਸੀਂ ਇੱਕੋ ਗੱਲ ਕੀ ਹੈ, ਜੇ ਅਗਰ 51 ਮੈਂਬਰ ਦਾ ਹਾਊਸ ਨਹੀਂ ਬਣਦਾ, ਤੁਸੀਂ 49 'ਚ ਬਣਾ ਦਿਓ, ਮਗਰ ਹਾਊਸ ਬਣਾਉਣਾ ਚਾਹੀਦਾ। ਇਹ ਫੋਰ ਦੀ ਕਮਿਊਨਿਟੀ ਹੈ, ਨੋਟ ਫੋਰ ਕਿ ਸਾਡੇ ਕੋਈ ਪਰਸਨਲ ਏਜੰਡੇ ਕਰਕੇ, ਮਗਰ ਇੱਕ ਕਮਿਊਨਿਟੀ ਨੇ ਚੁਣ ਕੇ ਆਪਣੇ ਨੁਮਾਇੰਦੇ ਭੇਜੇ ਨੇ ਔਰ ਉਹਨਾਂ ਦਾ ਹੱਕ ਬਣਦਾ, ਉਹਨਾਂ ਨੂੰ ਸੇਵਾ ਕਰਨ ਦਿੱਤੀ ਜਾਣੀ ਚਾਹੀਦੀ। ਬਤੌਰ ਪਾਰਟੀ ਦਿੱਲੀ ਇਕਾਈ ਦੇ ਪ੍ਰਧਾਨ, ਤੁਸੀਂ ਸਿਰਸਾ ਜੀ ਦਾ ਕਾਰਜਕਾਲ ਕਿਸ ਤਰੀਕੇ ਦਾ ਦੇਖਦੇ ਹੋ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਤੌਰ 'ਤੇ? ਦੇਖੋ, ਕਾਰਜਕਾਲ ਦਾ ਜਵਾਬ ਜਾਂ ਕੁਛ ਦੇਣਾ ਸੰਗਤ ਦੇ ਹੱਥ 'ਚ ਹੁੰਦਾ ਹੈ। ਮੈਂ ਤਾਂ ਬਤੌਰ ਪ੍ਰਧਾਨ, ਮੇਰੇ ਸਹਿਯੋਗੀ ਰਹੇ ਨੇ, ਮੇਰੇ ਸਾਥੀ ਰਹੇ ਨੇ, ਇਸ ਕਰਕੇ ਮੈਨੂੰ ਉਹਨਾਂ ਨਾਲ ਕੰਮ ਕਰਦੇ ਕੋਈ ਔਖੜਾ ਨਹੀਂ ਆਈਆ ਔਰ ਜਿੱਥੇ ਤੱਕ ਕਾਰਜਕਾਲ ਨੂੰ ਦੇਖਣਾ ਹੁੰਦਾ, ਇਹ ਸੰਗਤ ਮੈਂਡੇਟ ਦਿੰਦੀ ਹੈ। ਸਾਫ਼ ਤੌਰ 'ਤੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਲਈ ਜਿਹੜਾ ਉਹ ਲੀਗਲ ਓਪੀਨੀਅਨ ਲੈ ਜਾਣਗੇ ਔਰ ਨਾਲ ਹੀ ਇੱਕ ਨੁਕਸਾਨ ਜ਼ਰੂਰ ਦੱਸਿਆ ਮਨਜਿੰਦਰ ਸਿੰਘ ਸਿਰਸਾ ਦੇ ਪਾਰਟੀ ਛੱਡ ਕੇ ਜਾਣ ਨੂੰ। ਕੈਮਰਾ ਪਰਸਨ ਰਾਮ ਬਹਾਦਰ ਦੇ ਨਾਲ ਜਸਮੀਤ ਸਿੰਘ, PTC ਨਿਊਜ਼ ਦਿੱਲੀ।